ਮਤਲਬ ਚੰਡੀਗੜ੍ਹ ਤੋਂ ਆ ਰਹੇ ਸੀ, ਸਾਨੂੰ ਬਹੁਤ ਆਸ ਸੀਗੀ ਉਸ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦੇ। ਅੱਜ ਪਰਮਾਤਮਾ ਨੇ ਅਰਦਾਸ ਪੂਰੀ ਕੀਤੀ, ਉਸ ਪਰਮਾਤਮਾ ਬਹੁਤ ਲੱਖ ਵਾਰ ਸ਼ੁਕਰਗੁਜ਼ਾਰ ਹੈ, ਉਸ ਪਰਮਾਤਮਾ ਸਾਨੂੰ ਦਰਸ਼ਨ ਕਰਾਉਣ ਜਾ ਰਹੇ, ਸ਼ੁਕਰਗੁਜ਼ਾਰ ਹਾਂ। ਪੰਜਾ ਸਾਹਿਬ ਜਾਣਾ ਸੀ ਪਹਿਲੇ ਦਿਨ ਤਾਂ, ਫਿਰ ਨਨਕਾਣਾ ਸਾਹਿਬ ਜਾਵਾਂਗੇ ਲਾਸਟ, ਮਤਲਬ ਮਹਾਰਾਜ ਗੁਰਬਰਸੀ 'ਤੇ, ਉੱਥੇ ਲਾਸਟ 28 ਤਰੀਕ ਨੂੰ ਉੱਥੇ ਜਾ ਕੇ 30 ਦੀ ਸਾਡੀ ਵਾਪਸੀ ਹੈ। ਦੇਖੋ ਇਹਦੇ ਬਾਰੇ ਕੁਛ ਨਹੀਂ ਕਿਹਾ, ਜਾਣਾ ਤਾਂ ਸਭ ਨੂੰ ਚਾਹੀਦਾ ਕਿਉਂਕਿ ਤਮੰਨਾ ਬਹੁਤ ਸਭ ਦੀ ਹੁੰਦੀ ਹੈ ਔਰ ਸਭ ਨੂੰ ਮੌਕਾ ਦੇਣਾ ਚਾਹੀਦਾ। ਇਹ ਨਹੀਂ ਪਤਾ ਕੀ ਵਜ੍ਹਾ ਕਿਉਂ ਕੱਢਦੇ ਨੇ, ਹਾਂ ਨਹੀਂ ਜਾਣਾ, ਸਭ ਦਾ ਜਾਣਾ ਚਾਹੀਦਾ, ਸਭ ਦਾ ਦਿਲ ਹੁੰਦਾ ਨਾ ਤਾਂ ਸਾਨੂੰ ਖੁਸ਼ੀ ਹੋ ਰਹੀ, ਸਭ ਨੂੰ ਖੁਸ਼ੀ ਹੈ, ਜਾਣਾ ਤਾਂ ਚਾਹੀਦਾ ਹੀ ਹੈ। ਠੀਕ ਹੈ, ਕੁਲਦੀਪ ਕੌਰ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਹਿੰਦੇ ਮਹਾਰਾਜ ਆਪਣੇ ਸਾਰੇ ਗੁਰਦੁਆਰਿਆਂ ਦੇ ਸਾਨੂੰ ਦਰਸ਼ਨ ਕਰਾਉਣ, ਮਹਾਰਾਜ ਰਣਜੀਤ ਸਿੰਘ ਦੀ ਬਰਛੀ ਆ ਉਹਦੇ ਬਦਲੇ ਮਨਾਉਣ ਬਦਲੇ ਚੱਲੇ। ਜਾ ਕਿੱਥੇ ਰਹੇ ਤੁਸੀਂ? ਪਾਕਿਸਤਾਨ। ਬਹੁਤ ਖੁਸ਼ੀ, ਬਹੁਤ ਖੁਸ਼ੀ। ਜਦੋਂ ਗੱਲ ਸੁਣਦੇ ਹਾਂ ਉਦੋਂ ਗੁਰਦੁਆਰੇ ਜਾਈਦਾ, ਅਰਦਾਸ ਕਰੀਦੀ ਆ ਮਾਲਕਾ ਕਿਤੇ ਸਾਡੀ ਵਾਰੀ ਲਿਆ, ਪਰ ਵੀਜੇ ਨਹੀਂ ਲੱਗਦੇ। ਅਸੀਂ ਤਾਂ ਨੇ ਇੱਦਾਂ ਹੀ ਖੜਨ, ਸਾਰਿਆਂ ਨੂੰ ਵੀਜੇ ਨਾ ਹੀ ਲੱਗਣ ਅਤੇ ਭਾਵੇਂ ਇੱਦਾਂ ਸਾਰੀ ਸੰਗਤ ਨੂੰ ਦਰਸ਼ਨ ਕਰਾਉਣ। ਬਾਬੇ ਨਾਨਕ, ਹਾਂ ਮਨ ਦੀ ਆਸ਼ਾ ਕਿਸੇ ਦੀ ਨਾ ਰਹਿ ਪਈ, ਅਸੀਂ ਕੋਈ ਗਏ ਨਹੀਂ। ਮਹਾਰਾਜ ਆਨੇ ਤੇਰੇ ਤੋਂ ਵੱਡਾ ਕੋਈ ਨਹੀਂ, ਗੁਰੂ ਨਾਨਕ ਸਾਹਿਬ ਜੀ ਤੇਰੇ ਤੋਂ ਵੱਡਾ, ਸਭ ਕੁਛ ਤੇਰਾ ਬਾਬਾ ਨਾਨਕਾ। ਮਹਾਰਾਜ ਰਣਜੀਤ ਸਿੰਘ ਦੀ ਬਰਸੀ ਮਨਾਉਣ, ਪਹਿਲੀ ਵਾਰ ਚਲੋ ਮਹਾਰਾਜ ਨੇ ਅਸੀਂ ਇਹਨੇ ਦਰਸ਼ਨ ਕਰਨ ਚੱਲੇ ਹਾਂ ਸਾਰੇ ਕਰਾਉਣ। ਬਹੁਤ ਦੁੱਖ ਆਉਂਦਾ ਇਹਨੇ ਵੀ ਖੁੱਲੇ ਖੜਨਾ, ਜਿਸ ਤਰ੍ਹਾਂ ਕਰਤਾਰਪੁਰ ਖੜਦੇ ਸੰਗਤ ਉੱਦਾਂ ਹੀ ਖੜਨਾ। ਬਹੁਤ ਦੁੱਖ ਆਉਂਦਾ ਜਦੋਂ ਵੀਜੇ ਕੱਟੇ ਜਾਂਦੇ ਆ, ਮਨ 'ਚ ਹੁੰਦਾ ਦੂਜੀ ਚਲੀ ਗਈ ਮੈਂ ਨਹੀਂ ਗਈ, ਹੁੰਦਾ ਨਾ ਸਾਡੇ ਇਕੱਠੀਆਂ 'ਤੇ ਜਮਾਂ ਹੋਏ ਇਹੀ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਆਵੇ ਤਾਂ ਦੋਵਾਂ ਦਾ ਹੀ ਆਵੇ, ਬੜੀ ਆਸ ਰੱਖੀ। ਪਹਿਲਾਂ ਅਸੀਂ ਪਾਕਿਸਤਾਨ ਚੱਲੇ ਹਾਂ, ਵਾਹਿਗੁਰੂ ਦੇ ਦਰਸ਼ਨ ਕਰਨ ਚੱਲੇ ਹਾਂ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨਿਤਨੇਮ ਮੈਂ ਪੰਜਾਂ ਬਾਣੀਆਂ ਦਾ ਪਾਠ ਕਰਦੀ ਹਾਂ ਕਿ ਮੈਨੂੰ ਮਹਾਰਾਜ ਤੇਰੇ ਦਰਸ਼ਨ ਹੋਣ, ਮੈਨੂੰ ਬੜਾ ਆਸ ਸੀ ਕਿ ਤੇਰੇ ਘਰ ਦੇ ਦਰਸ਼ਨ ਹੋਣ, ਮੈਨੂੰ ਸਾਰੇ ਲੋਕ ਦੱਸਦੇ ਸੀ ਬਾਬੇ ਨਾਨਕ ਦਾ ਘਰ ਬੜਾ ਵੱਡਾ, ਅਤੇ ਮੈਂ ਆਉਂਦੀ ਹਾਂ ਕਿਤੇ ਮੈਨੂੰ ਦਰਸ਼ਨ ਹੋਣਗੇ ਤਾਂ ਫਿਰ ਮੈਂ ਵੇਖੂੰ ਵੱਡਾ ਕਿੱਡਾ ਵੱਡਾ। ਅਤੇ ਮਹਾਰਾਜ ਤੂੰ ਹੀ ਖਾਣਾ ਅਤੇ ਤੂੰ ਹੀ ਲਿਆਂਦਾ ਹੈ, ਤੂੰ ਹੀ ਗੁਰਦੁਆਰਿਆਂ ਦੇ ਦਰਸ਼ਨ ਕਰਾਉਣੇ ਆ, ਅਸੀਂ ਤੇਰੇ 'ਤੇ ਬਲਿਹਾਰੇ ਜਾਵਾਂਗੇ। ਮਹਾਰਾਜ ਜੀ ਤਾਂ ਮਹਾਂ ਵੀਜ਼ਾ ਲੱਗਾ, ਸਾਡਾ ਵੀਜ਼ਾ ਨਹੀਂ ਲੱਗਦਾ, ਬੜੀ ਵਾਰਾਂ ਲਾਇਆ ਸੀ, ਹੁਣ ਪਾਸਪੋਰਟ ਬਣਾਇਆ, ਫਿਰ ਸਾਡਾ ਵੀਜ਼ਾ ਲੱਗਾ, ਕਿੰਨੀ ਖੇਚਲ ਕੀਤੀ ਹੈ। ਮਹਾਰਾਜ ਦਰਸ਼ਨ ਸਾਰੇ ਗੁਰਦੁਆਰਿਆਂ ਦੇ ਕਰਾਵੀਂ, ਤੇਰੇ ਦਰਸ਼ਨਾਂ ਨੂੰ ਮਨ ਲੋਚਦਾ ਹੈ, ਬੜਾ ਮਨ ਲੋਚਦਾ। ਮਹਾਰਾਜ ਨਿਤਨੇਮ ਇਹੋ ਅਰਦਾਸ ਕਰਦੀ ਹਾਂ ਕਿ ਮਹਾਰਾਜ ਤੇਰੇ ਦਰਸ਼ਨ ਹੋਣ, ਸੁਣੀ ਦਾ ਹੀ ਬਾਬੇ ਨਾਨਕ ਦਾ ਘਰ ਬੜਾ ਵੱਡਾ ਹੈ, ਪਰ ਹੁਣ ਜਾ ਹੈਂ ਬਹੁਤ ਖੁਸ਼ੀ ਅੱਜ ਤੱਕ ਕਿਤੇ ਜਿਹੜਾ ਦੁੱਖ ਆ ਵੀ ਦੂਰ ਹੋ ਗਏ ਆ। ਮਹਾਰਾਜ ਇੰਨੀ ਖੁਸ਼ੀ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।